गोल्ड है जी ये। बिल्कुल जी, नेशनल गोल्ड 19 साल ਦੇ ਵਿੱਚ ਜਿਹੜਾ ਬਹੁਤ ਵੱਡੀ ਪ੍ਰਾਪਤੀ ਆ, ਹਰ ਇੱਕ ਪਲੇਅਰ ਦਾ ਸੁਪਨਾ ਰਹਿੰਦਾ ਵੀ ਮੈਂ ਹੁਣ ਪਰਦਾਦਾ ਦਾ ਯਾਰ ਸਾਡਾ ਇਦਾਂ ਅਧਿਕਾਰ ਰਹਿੰਦੇ ਵੀ ਅਸੀਂ ਇਕੱਠੇ ਦੀ, ਪਰ ਸਾਡਾ ਇੰਨਾ ਗੇਮ ਦੇ ਵਿੱਚ ਇੰਨਾ ਮੈਚਾਂ 'ਚ ਇੰਨਾ ਹੋ ਜਾਂਦਾ ਵੀ ਜਿਵੇਂ ਇੰਡੀਆ ਅਤੇ ਪਾਕਿਸਤਾਨ ਦੇ ਮੈਚ ਨੂੰ ਲੋਕ ਇਕੱਠੇ ਹੋ ਜਾਂਦੇ ਨੇ, ਸਾਡੇ ਆ ਪਿੰਡ ਵਾਲਿਆਂ ਨੂੰ ਵੀ ਇੰਨੀ ਖੁਸ਼ੀ ਹੋ ਜਾਂਦੀ ਵੀ ਯਾਰ ਮੋਹਨਪੁਰਨਾ ਮੈਚ ਆ, ਨਹੀਂ ਯਾਰ ਹਾਰਨਾ ਨਹੀਂ ਹੈਗਾ, ਜਿੱਤਣਾ ਜਿਵੇਂ ਮਰਜ਼ੀ ਆ। ਜਿਵੇਂ ਇੰਡੀਆ ਅਤੇ ਪਾਕਿਸਤਾਨ ਦਾ ਮੈਚ ਨੂੰ ਲੋਕ ਦੇਖਦੇ ਸੀ ਮੋਹਨਪੁਰ ਅਤੇ ਦਹੜੂ ਦਾ ਇੱਦਾਂ ਫਾਈਟ ਹੁੰਦੀ ਹੁੰਦੀ। ਮੈਂ ਇੱਕ ਸਾਲ ਮੈਂ ਪ੍ਰੈਕਟਿਸ ਕਰਾਈ ਸੀ ਟੀਮ ਨੂੰ, 3 ਕੁ ਮਹੀਨੇ ਮੈਂ ਪ੍ਰੈਕਟਿਸ ਕਰਾਏ ਦੇ, ਉਹਦੇ ਵਿੱਚ ਅਸੀਂ ਸੀਜ਼ਨ ਦੇ ਵਿੱਚ 1 ਸਾਲ ਟੂਰਨਾਮੈਂਟ 28 ਟੂਰਨਾਮੈਂਟ ਅਸੀਂ ਜਿੱਤੇ ਸੀ, ਜਿਨ੍ਹਾਂ ਦਾ ਅਸੀਂ ਇਕੱਠਾ ਨਾਮ ਵੰਡਿਆ ਸੀ। ਸਾਡੇ ਕੋਲ ਟਾਈਮ ਨਹੀਂ ਸੀ ਹੁੰਦਾ ਜੱਸੇ ਵੀ ਹਰੇਕ ਹਫ਼ਤੇ ਹਫ਼ਤੇ 'ਚ 2 ਟੂਰਨਾਮੈਂਟ ਅਸੀਂ ਜਿੱਤੇ ਜਾਣੇ, ਜਿੰਨੇ ਉਹਨੇ ਟੂਰਨਾਮੈਂਟ ਲਾਉਣੇ, ਜਾਣੂ ਸਾਨੂੰ ਅਸੀਂ ਨਾਮ ਵੰਡਣ ਦੀ ਸਲਾਹ ਕਰਨੀ, ਜਾਣੂ ਟੂਰਨਾਮੈਂਟ ਹੋਰ ਆ ਜਾਣਾ। ਅਸੀਂ ਜਿੱਦਾਂ ਫਿਰ 28 ਟੂਰਨਾਮੈਂਟਾਂ ਦਾ ਇਕੱਠਾ ਨਾਮ ਵੰਡਿਆ ਸੀ ਕਲੱਬਾਂ ਬੱਲੀ, ਉਹਦਾ ਮੈਂ ਬੈਸਟ ਬਹੁਤ ਨਿਕਲਦਾ ਆਪਣੇ ਇੱਥੇ ਲਗਾਤਾਰ। ਮੈਂ 3 ਸਾਲ ਅਸੀਂ ਕੱਪ ਜਿੱਤਿਆ, ਟਮੋਟ ਉੱਥੇ ਬੈਸਟ ਪਲੇਅਰ ਕੱਢਿਆ, ਕਢਾਣੀ ਮੈਨੂੰ ਬੈਸਟ ਪਲੇਅਰ ਕੱਢਿਆ, ਕੰਗਰਾਲੀ ਕੱਢਿਆ, ਬਹੁਤ ਟੂਰਨਾਮੈਂਟਾਂ 'ਤੇ ਮੈਨੂੰ ਬੈਸਟ ਪਲੇਅਰ ਕੱਢਿਆ ਜਾਣੇ ਹੋ, ਬਹੁਤ ਪਲੇਅਰ ਟੂਰਨਾਮੈਂਟਾਂ 'ਤੇ। ਉੱਧਰ ਕਲੱਬਾਂ ਬੱਲੀ ਉਹ ਤਾਂ ਮੈਂ ਬੈਸਟ ਜਾਣੀ ਗੋਲ ਕਰ ਦੇਣਾ, ਵਧੀਆ ਗੋਲ ਕਰ ਦੇਣਾ ਬੈਸਟ ਪਲੇਅਰ ਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਜੱਸਾ ਬਰਮਾਲੀਪੁਰ, ਸਾਡਾ ਪੰਜਾਬ ਕੈਨੇਡਾ ਟੀਵੀ ਚੈਨਲ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦਾ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਅੱਜ ਅਸੀਂ ਪਹੁੰਚੇ ਹਾਂ ਖੰਨੇ ਹਲਕੇ ਦਾ ਦਹਿੜੂ ਪਿੰਡ, ਅੱਜ ਅਸੀਂ ਉਸ ਗਰਾਊਂਡ ਦੇ ਵਿੱਚ ਖੜ੍ਹੇ ਹਾਂ ਜਿਹੜੇ ਗਰਾਊਂਡ ਦੇ ਵਿੱਚ ਪਿੰਡਾ USA ਦੀ ਬਦੌਲਤ ਕੁਛ ਮਹੀਨੇ ਪਹਿਲਾਂ ਬੱਬੂ ਮਾਨ ਨੇ ਧੂਮਾਂ ਪਾਈਆਂ ਨੇ, ਟੀਮਾਂ ਨੂੰ ਡਾਲਰ ਵੀ ਦਿੱਤੇ ਗਏ ਨੇ, ਟੂਰਨਾਮੈਂਟ ਡਾਲਰਾਂ ਦੇ ਵਿੱਚ ਜਾਣਿਆ ਜਾਂਦਾ। ਇੱਕ ਖੇਡ ਗਰਾਊਂਡ ਨੇ ਬੜੇ ਖਿਡਾਰੀ ਪੈਦਾ ਕਰੇ ਨੇ, ਘੋਗੇ ਵਰਗੇ, ਪਿੰਦੇ ਵਰਗੇ, ਜਿਹੜੇ ਭਾਵੇਂ ਪਿੰਦਾ 'ਚ ਅਮਰੀਕਾ ਦੇ ਵਿੱਚ ਰਹਿੰਦਾ, ਭੋਲੇ ਵਰਗੇ ਖਿਡਾਰੀ, ਮਿੱਠੂ ਵਰਗੇ, ਹੋਰ ਵੀ ਅਨੇਕਾਂ ਜਿਹੜੇ ਖਿਡਾਰੀ ਇਸ ਖੇਡ ਗਰਾਊਂਡ ਨੇ ਦਿੱਤੇ ਨੇ। ਅੱਜ ਤੁਹਾਨੂੰ ਅਸੀਂ ਇੱਕ ਇਹੋ ਜਿਹੀ ਸ਼ਖਸੀਅਤ ਨਾਲ, ਇਹੋ ਜਿਹੇ ਫੁੱਟਬਾਲ ਦੇ ਸੁਪਰ ਸਟਾਰ ਖਿਡਾਰੀ ਦੇ ਨਾਲ ਮਿਲਾਵਾਂਗੇ, ਜਿਹਦਾ ਨਾਮ ਆ ਗੁਰਪ੍ਰੀਤ ਸਿੰਘ ਰਾਓ ਘੋਗਾ, ਜਿਨ੍ਹਾਂ ਨੇ ਆਪਣੇ ਟਾਈਮ ਦੇ ਵਿੱਚ ਮੱਲਾਂ ਮਾਰੀਆਂ ਨੇ। ਉਹਨਾਂ ਦੇ ਨਾਲ ਕਰਾਂਗੇ ਗੱਲਬਾਤ, ਉਹਨਾਂ ਦੀ ਜ਼ਿੰਦਗੀ ਦੇ ਬਾਰੇ ਗੱਲਬਾਤ ਕਰਾਂਗੇ। ਆਓ ਤੁਹਾਨੂੰ ਅਸੀਂ ਲੈ ਚੱਲਦੇ ਹਾਂ ਗੁਰਪ੍ਰੀਤ ਘੋਗਾ ਉਹਨਾਂ ਭਰਾ ਦੇ ਘਰੇ। ਲਓ ਅੱਜ ਅਸੀਂ ਪਹੁੰਚ ਗਏ ਹਾਂ ਗੁਰਪ੍ਰੀਤ ਸਿੰਘ ਘੋਗੇ ਵੱਡੇ ਵੀਰ ਦੇ ਘਰ, ਅਤੇ ਉਹਨਾਂ ਨਾਲ ਕਰਾਂਗੇ ਗੱਲਾਂ ਬਾਤਾਂ, ਅਤੇ ਸਾਡੇ ਨਾਲ ਉਹ ਵੀ ਬੈਠੇ ਨੇ। ਅਤੇ ਘੋਗੇ ਵੀਰ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਨੂੰ ਸਾਰੇ ਖੇਡ ਪ੍ਰੇਮੀਆਂ ਨੂੰ। ਫੁੱਟਬਾਲ ਦੇ ਵਿੱਚ ਬਹੁਤ ਵੱਡਾ ਨਾਮ ਆ, JCT ਦੇ ਵਿੱਚ ਵੀ ਧੂਮਾਂ ਪਾਈਆਂ ਨੇ, ਵੱਖੋ ਵੱਖਰੇ ਕਲੱਬਾਂ ਲਈ ਵੀ ਖੇਡੇ, ਅਤੇ ਕਿਤੇ ਨਾ ਕਿਤੇ ਗੈਸਟ ਪਲੇਅਰ ਵੀ ਖੇਡੇ ਨੇ। ਘੋਗੇ ਨੂੰ ਖੰਨੇ ਦੇ ਨਾਲ ਦੁਨੀਆ ਜਾਣਦੀ ਸੀ, ਉਹਨਾਂ ਨੂੰ ਪੁੱਛਾਂਗੇ ਵੀ ਫੁੱਟਬਾਲ ਖੇਡ ਦਾ ਸਫ਼ਰ ਜਿਹੜਾ ਘੋਗੇ ਵੀਰ ਨੇ ਕਿੱਥੋਂ ਜਿਹੜਾ ਸਟਾਰਟ ਕਰਿਆ, ਫੁੱਟਬਾਲ ਖੇਡਣੀ ਤੁਸੀਂ ਕਿੱਥੋਂ ਸਟਾਰਟ ਕਰੀ? ਖੇਡਣਾ ਫੁੱਟਬਾਲ ਖੇਡਣਾ ਜੀ ਅਸੀਂ ਸਪ੍ਰਿੰਗਡਲ ਸਕੂਲ 'ਚ ਸੀਗਾ, ਮੈਂ ਅੰਡਰ 14, ਉੱਥੇ ਸਾਨੂੰ ਸਪ੍ਰਿੰਗਡਲ ਸਕੂਲ, ਸਾਡੇ ਕਮਲਜੀਤ ਸਿੰਘ ਗਰੇਵਾਲ ਸੀ ਸਾਡੇ ਪ੍ਰਿੰਸੀਪਲ। ਕਿੰਨੀ ਉਮਰ ਸੀ, ਕਿੰਨੀ ਉਮਰ ਦੇ ਵਿੱਚ ਖੇਡਣੀ ਸਟਾਰਟ ਕਰਦੇ ਸੀ? ਬਚਪਨ ਮੈਂ 6ਵੀਂ ਕਲਾਸ 'ਚ 5ਵੀਂ 6ਵੀਂ ਕਲਾਸ 'ਚ ਸੀਗਾ ਜੀ, ਜ਼ਿਆਦਾ ਹੀ ਫੁੱਟਬਾਲ ਦਾ ਸ਼ੌਂਕ ਪੈ ਗਿਆ ਜੀ ਸਾਨੂੰ। ਉੱਥੇ ਕੌਣ ਸਿਖਾਉਂਦਾ ਜੀ ਤੁਹਾਨੂੰ, ਮੱਤਾ ਰਹਿੰਦਾ ਸੀ ਜਿਹੜੀ? ਸਾਨੂੰ ਉੱਥੇ ਮੱਤ ਦਿੰਦੇ ਸੀ ਆਪਣੇ ਸਰਦਾਰ ਕਮਲਜੀਤ ਸਿੰਘ ਗਰੇਵਾਲ, ਸਪ੍ਰਿੰਗਡਲ ਸਕੂਲ ਦੇ ਪ੍ਰਿੰਸੀਪਲ ਸੀ, ਉਹਨਾਂ ਨੇ ਸ਼ੌਂਕ ਪਾਇਆ ਸਾਨੂੰ ਫੁੱਟਬਾਲ ਦਾ ਜੀ। ਅਸੀਂ ਦੋਵੇਂ ਭਰਾ ਉੱਥੇ ਤੇ, ਮਿੱਤੋ ਸੀਨੀਅਰ ਸੀ, ਮੇਰਾ ਭਰਾ ਪਿੰਦਾ ਗੁਰਵਿੰਦਰ ਪਿੰਦਾ ਅੱਜ USA ਰਹਿੰਦਾ, ਅਤੇ ਉਹਨਾਂ ਨੇ ਸਾਨੂੰ ਉਹ ਮੂਹਰੇ ਸੀਨੀਅਰ ਤੀ, ਅਸੀਂ ਪਿੱਛੇ ਸੀਗੇ ਜੀ। ਕਿਹਦਾ ਕਿਹਦਾ ਸਾਥ ਰਿਹਾ ਪਰਿਵਾਰ ਦੇ ਵਿੱਚ ਫੁੱਟਬਾਲ ਨੂੰ ਲੈ ਕੇ, ਕੋਈ ਰੋਕਦਾ ਵੀ ਸੀ ਜਾਂ ਕਿੰਨੀ ਸਪੋਰਟ ਰਹੀ ਆ ਤੁਹਾਨੂੰ ਫੁੱਟਬਾਲ ਨੂੰ ਲੈ ਕੇ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ? ਨਹੀਂ, ਸਪੋਰਟ ਮੈਨੂੰ ਮੇਰੇ ਭਰਾ ਦੀ ਸਭ ਨਾਲ ਵੱਧ, ਮੇਰੇ ਪਿਓ ਨਾਲੋਂ ਵੀ ਵੱਧ, ਜਾਣੀ ਮੇਰਾ ਪਿਓ ਮੈਨੂੰ ਕਦੇ ਚੇਤੇ ਨਹੀਂ ਆਉਣ ਦਿੱਤਾ ਅੱਜ ਤੱਕ, ਮੇਰੇ ਭਰਾ ਨੇ ਉਹਨੇ ਹਰ ਟਾਈਮ ਸਾਥ ਦਿੱਤਾ, ਜਾਣੀ ਉਹ ਜਿੱਧਰ ਜਿਹੜੇ ਰਾਹ ਚੱਲੀ ਗਿਆ ਉਹੀ ਰਾਹ ਮੈਨੂੰ ਪਿੱਛੇ ਪਿੱਛੇ ਲੈ ਕੇ ਆਇਆ, ਜਿੱਧਰ ਨੂੰ ਖੇਡਿਆ ਜਿੱਥੇ ਤੱਕ ਮੇਰਾ ਭਰਾ ਖੇਡਿਆ ਉੱਥੇ ਤੱਕ ਮੈਨੂੰ ਖਿਲਾਇਆ ਉਹਨੇ। ਪਿੰਦਾ ਭਾਵੇਂ ਅੱਜ ਅਮਰੀਕਾ ਦੇ ਵਿੱਚ ਰਹਿੰਦਾ, ਸੈਟਲ ਨੇ, ਕਾਰੋਬਾਰ ਚੰਗੇ ਨੇ, ਕਿਰਪਾ ਬਾਬਾ ਜੀ ਦੀ, ਟੂਰਨਾਮੈਂਟ ਵੀ ਵਧੀਆ ਅੱਗੇ ਕਰਵਾਉਂਦੇ ਨੇ। ਪਿੰਦਾ ਵੀਰ ਕਿੱਥੇ ਤੱਕ ਖੇਡਿਆ, ਕਿਉਂਕਿ ਤੁਸੀਂ ਦੱਸਿਆ ਵੀ ਅਸੀਂ ਉਹ ਤੋਂ ਜਿਹੜੀਆਂ ਮੱਤਾਂ ਮੈਂ ਫੁੱਟਬਾਲ ਦੇ ਗੁਣ ਜਿਹੜੇ ਉਹ ਤੋਂ ਜ਼ਿਆਦਾਤਰ ਸਿੱਖਦਾ ਰਿਹਾ? ਪਿੰਦਾ ਵੀਰ ਇੱਥੇ ਨੈਸ਼ਨਲ ਖੇਡਿਆ, ਨੈਸ਼ਨਲ ਆਪਣੇ ਆਲ ਇੰਡੀਆ ਖੇਡਿਆ,
ਅੰਡਰ ਵਾਸਟੀ ਖੇਡਿਆ ਜਾਣੀ ਜਿੱਥੇ ਤੱਕ ਇੱਥੇ ਖੇਡਿਆ ਮੇਰਾ ਭਰਾ ਜਾਣੀ ਉਹ ਖੇਡਿਆ ਜਾਣੀ ਅੰਡਰ ਫਸਟ ਈਅਰ 'ਚ ਉਹ ਸੈਕਿੰਡ ਈਅਰ 'ਚ ਬਾਹਰ ਚਲੇ ਗਿਆ ਸੀ USA ਚਲੇ ਗਿਆ ਅਤੇ ਉਦੋਂ ਬਾਅਦ ਪਿੱਛੇ ਮੈਨੂੰ ਜਿਹੜੇ ਰਾਹ ਉਹਨਾਂ ਨੇ ਦਿਖਾਇਆ ਮੈਂ ਉਹੀ ਰਾਹ ਚੱਲਦਾ ਰਿਹਾ ਪਿੱਛੇ। JCT ਦੇ ਵਿੱਚ ਵੀ ਬਹੁਤ ਵੱਡਾ ਨਾਮ ਸੀ ਘੋਗੇ ਦਾ, ਅਕਸਰ ਦਰਸ਼ਕ ਵੀਰ ਗੱਲਾਂ ਕਰਦੇ ਰਹਿੰਦੇ ਨੇ ਉੱਥੇ ਕਿੰਨਾ ਟਾਈਮ ਖੇਡੇ, ਕਿਹੜੇ ਕੋਚ ਦੇ ਥੱਲੇ ਰਹਿ ਕੇ ਦਾ ਪੇਜ ਬਰੀਕੀਆਂ ਜਿਹੜੀਆਂ JCT ਦੇ ਵਿੱਚ ਖੇਡ ਤੁਸੀਂ ਸਿੱਖੀਆਂ ਨੇ? JCT ਤੋਂ ਪਹਿਲਾਂ ਮੈਂ ਜੀ ਆਪਣੇ 9th ਕਲਾਸ 'ਚ ਆਪਣੇ 9ਵੀਂ ਕਲਾਸ 'ਚ ਸਪੋਰਟਸ ਸਕੂਲ ਜਲੰਧਰ ਚਲੇ ਗਿਆ ਸੀ। ਸਟਾਰਟਿੰਗ 'ਚ 4 ਸਾਲ ਮੈਂ ਸਪੋਰਟਸ ਸਕੂਲ ਜਲੰਧਰ ਲਾਏ, ਜਲੰਧਰ ਲਾ ਕੇ ਉਦੋਂ ਬਾਅਦ ਅੰਡਰ 19 ਖੇਡੇ ਅਸੀਂ ਨੈਸ਼ਨਲ, ਸ਼੍ਰੀਨਗਰ ਹੋਈਆਂ ਸੀ ਸਾਡੀਆਂ ਗੇਮਾਂ, ਨੈਸ਼ਨਲ ਗੋਲਡ ਮੈਂ ਪੁਜੀਸ਼ਨ ਪਾਈ ਸੀ ਨੈਸ਼ਨਲ ਗੋਲਡ ਉੱਥੋਂ ਅਸੀਂ। ਉਦੋਂ ਬਾਅਦ ਮੈਂ ਗੁਰੂ ਨਾਨਕ ਕਾਲਜ ਫਗਵਾੜੇ ਆ ਗਿਆ ਸੀ ਫਸਟ। ਕਿਹੜੀ ਸਾਈਡ ਖੇਡਦਾ ਸੀ ਘੋਗਾ? ਮੈਂ ਫਾਰਵਰਡ ਖੇਡਦਾ ਸੀ, ਸਟੈਕਰ। ਕਿਤੇ ਨਾ ਕਿਤੇ ਇਹ ਵੀ ਹੁੰਦਾ ਸੀ ਵੀ ਜਦ ਗੋਲ ਕਰਨਾ ਹੁੰਦਾ ਸੀ ਕੋਚ ਸਾਹਿਬ ਕਹਿੰਦੇ ਵੀ ਘੋਗੇ ਨੂੰ ਜਲਦੀ ਤਿਆਰ ਕਰੋ ਅਤੇ ਗਰਾਊਂਡ ਦੇ ਵਿੱਚ ਉਤਾਰੋ, ਘੋਗਾ 100% 101% ਗੋਲ ਕੱਢੂ ਹੀ ਕੱਢੂ। ਹਾਂਜੀ, ਉਹ ਇੱਕ ਟਾਈਮ ਮੈਨੂੰ ਚੇਤੇ ਆ ਸੀ ਸਾਡਾ ਮੈਚ DAV ਕਾਲਜ ਜਲੰਧਰ ਨਾਲ ਸੀ, ਜਲੰਧਰ ਏ, ਅਤੇ ਉੱਥੇ ਆਪਣੇ ਅਮਰਜੀਤ ਸਾਹਿਬ ਕਟਾਲੇ ਤੋਂ ਕੋਚ ਸੀਗਾ ਜੀ, ਉਹਨਾਂ ਨੇ ਮੈਨੂੰ ਇੱਕ ਵਾਰ ਚਲੇ ਮੈਚ ਸਟਾਰਟ ਹੋਣ ਤੋਂ ਪਹਿਲਾਂ ਬਾਂਹ ਫੜ ਕੇ ਰੋਕਿਆ, ਕਹਿੰਦਾ ਖੰਨੇ ਕਿੱਦਾਂ ਫਿਰ ਅੱਜ ਕਿੰਨੇ ਗੋਲ ਕਰੂੰਗਾ? ਮੈਂ ਕੋਚ ਸਾਹਿਬ ਦੱਸੋ, ਕਹਿੰਦੇ ਖੰਨੇ ਤਾਂ ਅੱਜ 2 ਗੋਲ ਕਰ ਰਹੇ ਨੇ। ਸਾਡੇ ਕੋਚ ਸਾਹਿਬ ਸੀਗੇ ਉਸ ਟਾਈਮ ਸਾਡੇ DAV ਕਾਲਜ ਦੇ ਕੋਚ ਸਾਹਿਬ ਸਰਦਾਰ ਕੇ ਸਿੰਘ ਕੋਚ ਸਾਹਿਬ ਸੀ, ਉਹਨੂੰ ਉਹਨਾਂ ਨੂੰ ਕਹਿੰਦੇ ਅੱਜ ਫਿਰ ਖੰਨੇ ਨੇ ਤੁਹਾਡੀ ਟੀਮ ਰੋਕ ਕੇ ਦੇਖ ਲਾ ਵੀ ਖੰਨਾ ਅੱਜ ਸਾਡਾ 2 ਗੋਲ ਕਰੂ, ਜਾਣੀ ਕਹਿ ਕੇ ਗੋਲ ਕਰਵਾਉਂਦੇ ਰਹੇ ਨੇ ਸਾਡੇ ਇੰਨੇ ਵਧੀਆ ਕੋਚ ਸੀ ਸਾਡੇ ਅਮਰਜੀਤ ਸੋ ਕੋਚ ਸਾਹਿਬ ਆਪਣੇ ਕਟਾਲਾ ਕੋਟ ਕਟਾਲੇ ਤੋਂ ਸੀ, ਅੱਜ ਉਹ ਸਾਡੇ ਵਿਚਕਾਰ ਨਹੀਂ, ਪਰ ਕੋਚ ਸਾਹਿਬ ਬਹੁਤ ਚੰਗੇ ਕੋਚ ਸਾਹਿਬ ਸੀ ਉਹ। ਮਿਸ ਕਰਦੇ ਬਹੁਤ? ਬਹੁਤ ਮਿਸ ਕਰਿਆ ਜਿਹੜੀ ਫੁੱਟਬਾਲ ਅਸੀਂ ਜਾਣੀ ਅਮਰਜੀਤ ਕੋਚ ਸਾਹਿਬ ਨੇ ਸਾਨੂੰ ਸਟਾਰਟਿੰਗ ਕਰਾਈ, ਉਦੋਂ ਬਾਅਦ ਅਸੀਂ ਸਰਦਾਰ ਜੰਗੀਰ ਸਿੰਘ ਆਪਣੇ ਫਗਵਾੜੇ ਤੋਂ ਉਹਨਾਂ ਦੇ ਕੋਲ ਆ ਗਏ, ਉਹ ਆਪਣੇ ਪਿਓ ਮੰਗੋ ਹੀ ਮੰਨਦੇ ਸੀ ਅਸੀਂ ਉਹਨਾਂ ਨੂੰ, ਸਰਦਾਰ ਸੀਤਲ ਸਿੰਘ DP ਸਾਡੇ ਬਹੁਤ ਹੀ ਸਰਦਾਰ DP ਸਾਹਿਬ ਸਾਨੂੰ ਜਿੰਨੀ ਉਹਨਾਂ ਨੇ ਜਾਣੀ ਸਾਨੂੰ ਗਾਈਡ ਕਰਿਆ ਜਿੰਨਾ ਉਹਨਾਂ ਨੇ ਸਾਨੂੰ ਸਿਖਾਇਆ ਫੁੱਟਬਾਲ, ਸਰਦਾਰ ਜੰਗੀਰ ਸਿੰਘ, ਸਰਦਾਰ ਸੀਤਲ ਸਿੰਘ DP, ਅਤੇ ਉਹਨਾਂ ਨੇ ਸਾਨੂੰ ਹੁਣ ਤੱਕ DP ਸਾਹਿਬ ਨਾਲ ਮੈਂ ਹੁਣ ਵੀ ਸਾਡਾ ਫੋਨ 'ਤੇ ਵੀ ਗੱਲ ਹੁੰਦੀ ਆ, ਅਸੀਂ ਮਿਲਦੇ ਵੀ ਇੱਕ ਦੂਏ ਨੂੰ, ਜਾਣੀ ਫੈਮਿਲੀ ਰਿਲੇਸ਼ਨ ਨੇ ਸਾਡੇ ਹੁਣ ਤੱਕ, ਅਸੀਂ ਵਰਤਦੇ ਹਾਂ ਉਹਨਾਂ ਨਾਲ। ਮੈਂ ਆਪਣੇ ਜੰਗੀਰ ਸਿੰਘ ਕੋਚ ਸਾਹਿਬ ਦੇ ਉਹਨਾਂ ਦੇ ਸਾਡੇ ਉਹਨਾਂ ਵਿੱਚ ਅਸੀਂ ਉਹਨਾਂ ਨੂੰ ਇੰਨਾ ਮਿਸ ਕਰਦੇ ਹਾਂ, ਜਾਣੀ ਮੇਰਾ ਬ੍ਰਦਰ ਮੈਂ ਅਸੀਂ ਬਹੁਤ ਜਾਣੀ ਜੰਗੀਰ ਸਾਹਿਬ ਸਰਦਾਰ ਕੋਚ ਸਾਹਿਬ ਜੰਗੀਰ, ਅਤੇ ਉਹਨਾਂ ਨੇ ਮੈਨੂੰ ਬਹੁਤ ਪਿਆਰ ਕਰਿਆ, ਆਪਣਾ ਬਾਪ ਮੰਗੋ ਹੀ ਸਾਨੂੰ ਪਿਆਰ ਕਰਦੇ ਸੀ, ਮੈਂ ਉਹਨਾਂ ਦੇ ਬੇਟੇ ਨਾਲ ਹੁੰਦਾ ਸੀ ਪਰਮਿੰਦਰ ਨਾਲ, ਇੱਕ ਮੇਰਾ ਫਰੈਂਡ ਹੁੰਦਾ ਸੀ ਪ੍ਰਦੀਪ ਉਹ ਅੱਜ ਕੱਲ੍ਹ ਕੈਨੇਡਾ 'ਚ ਨੇ, ਇੱਕ ਮੇਰਾ ਦੋਸਤ ਸੀ ਦੀਪਾ ਆਪਣੇ ਇੰਗਲੈਂਡ ਤੋਂ, ਅਤੇ ਅਸੀਂ ਤਿੰਨੇ ਫਰੈਂਡ ਹੁੰਦੇ ਸੀ, ਇੱਕ ਪ੍ਰਦੀਪ, ਇੱਕ ਦੀਪਾ, ਇੱਕ ਪਰਮਿੰਦਰ, ਅਸੀਂ ਤਿੰਨੇ ਇੱਕੋ ਘਰ ਅਸੀਂ ਰਹਿੰਦੇ ਸੀਗੇ ਫਗਵਾੜੇ, ਜਾਣੀ ਸਾਡਾ ਬਹੁਤ ਪਿਆਰ ਸੀ। ਕੋਚ ਸਾਹਿਬ ਨੇ ਜਿੱਦਾਂ ਇੰਗਲੈਂਡ ਆ ਜਾਣਾ ਸੀ ਉੱਥੇ ਉਹ ਰਹਿਣਾ ਕੋਚ ਸਾਹਿਬ ਕੋਲ, ਮੈਂ ਜਾਣੀ ਰਿਹਾ 7 ਸਾਲ ਰਿਹਾ ਮੈਂ ਆਪਣੇ ਫਗਵਾੜੇ, ਸੱਤ ਸਾਲ ਦੇ ਵਿੱਚ ਪੂਰੀ ਤੂਤੀ ਬੋਲੀ? ਹਾਂਜੀ, 7 ਸਾਲ ਦੇ ਵਿੱਚ ਮੈਂ 3 ਸਾਲ ਕਪਤਾਨੀ ਕੀਤੀ ਟੀਮ ਦੀ, 7 ਸਾਲ ਮੈਂ ਫਗਵਾੜੇ ਲਾਏ ਨੇ, ਅਤੇ ਮੈਂ 7 ਸਾਲ ਆਪਣੇ ਭਰਾਵਾਂ ਨਾਲੇ ਰਿਹਾ, ਮੈਨੂੰ ਕਦੇ ਚੇਤੇ ਹੀ ਨਹੀਂ ਆਇਆ ਆਪਣੇ ਪਿੰਡ ਦਾ। 7 ਸਾਲ ਤੋਂ ਜਾਣੀ 4 ਸਾਲ ਮੈਂ ਸਪੋਰਟਸ ਸਕੂਲ ਜਲੰਧਰ ਲਾਏ ਨੇ ਜੀ, ਮੈਂ 9ਵੀਂ ਕਲਾਸ 'ਚੋਂ ਨਿਕਲਿਆ, ਮੈਂ 7 ਸਾਲ ਜਾਣੀ ਫਗਵਾੜੇ ਲਾ ਤੇ ਜਾਣੀ ਅੱਧੀ ਲਾ ਜ਼ਿੰਦਗੀ ਉੱਥੇ ਕੱਢਿਆ ਗਿਆ। ਫਗਵਾੜੇ ਪਹੁੰਚਾਉਣ ਵਾਲਾ ਤੁਹਾਨੂੰ ਕੌਣ ਆ? ਫਗਵਾੜੇ ਪਹੁੰਚਾਉਣ ਵਾਲਾ ਮੇਰਾ ਭਰਾ ਜੀ, ਜਿੱਦਾਂ ਹੈ ਨਾ ਮੇਰੇ ਭਰਾ ਮੈਨੂੰ ਉਹ ਜਿਹੜੇ ਰਾਹ ਲੰਘਿਆ ਮੈਨੂੰ ਉਹੀ ਰਾਹ ਪਾਈ ਗਿਆ, ਉਹ ਮੇਰੇ ਤੋਂ ਸੀਨੀਅਰ ਸੀਗਾ, ਜਿਹੜੇ ਰਾਹ ਜਾਂਦਾ ਸੀ ਉਹੀ ਬੈਕ ਮੈਂ ਹੁੰਦਾ ਸੀ ਪਿੱਛੇ ਉਹਦਾ ਸੀ। ਇੱਕ ਸੁਪਨਾ ਸੀ ਘੋਗੇ ਦਾ ਵੀ ਮੈਂ ਕਿਸੇ ਕਲੱਬਾਂ ਲਈ ਖੇਡਦਾ ਜਾਂ ਮੈਂ ਕੋਈ ਇੰਡੀਆ ਟੀਮ ਲਈ ਖੇਡਦਾ, ਕਿਉਂਕਿ ਹੁਣ ਕਿਤੇ ਨਾ ਕਿਤੇ ਪਛਤਾਵਾ ਵੀ ਜ਼ਰੂਰ ਹੁੰਦਾ ਹੋਣਾ? ਹਾਂਜੀ, ਉਸ ਟਾਈਮ ਪਰ ਗਾਈਡ ਕਰਨ ਵਾਲਾ, ਕਿਉਂ ਮੇਰਾ ਭਰਾ ਮੈਨੂੰ ਬਾਹਰ ਚਲੇ ਗਿਆ, ਜੇ ਭਰਾ ਮੇਰਾ ਬਾਹਰ ਨਾ ਜਾਂਦਾ ਸ਼ਾਇਦ ਜਿੱਥੇ ਅੱਜ ਮੈਂ ਪਤਾ ਨਹੀਂ ਕਿੱਥੇ ਪਰਮਾਤਮਾ ਪਹੁੰਚਾਉਂਦਾ, ਚਲੋ ਰੱਖਣ ਵਾਲਾ ਉਹੀ ਆ, ਪਰ ਅਸੀਂ ਚੰਗੀ ਪੋਸਟ 'ਤੇ ਹੁੰਦੇ ਦੋਏ। ਕਿਹੜੇ ਕਿਹੜੇ ਪਲੇਅਰ ਤੁਹਾਡੇ ਨਾਲ JCT ਦੇ ਵਿੱਚ ਖੇਡੇ ਨੇ ਜਿਨ੍ਹਾਂ ਨੂੰ ਹੁਣ ਵੀ ਯਾਦ ਕਰਦੇ ਹੋ, ਕਦੇ ਮਿਸ ਕਰਦੇ ਹੋ ਨਾ, ਗੱਲਾਂ ਬਾਤਾਂ ਕਰਦੇ ਰਹਿੰਦੇ ਅਕਸਰ ਹੀ ਬੈਠ ਕੇ? ਮੇਰੇ ਨਾਲ ਮੇਰੇ ਇੱਕ ਤਾਂ ਭਰਾ ਮੇਰਾ ਬਹੁਤ ਮਿਸ ਕਰਦਾ ਯਾਰ, ਪਰਮਿੰਦਰ ਆਪਣੇ ਮੇਰੇ ਕੋਚ ਸਾਹਿਬ ਦੇ ਬੇਟੇ ਸੀਗੇ, ਉਹਦਾ ਉਹਨੇ ਡੈਥ ਹੋ ਗਈ, ਉਹ ਸਾਡੇ ਵਿਚਕਾਰ ਨਹੀਂ, ਸਾਡਾ ਭਰਾ ਕੁਛ ਵੀ ਨਹੀਂ ਉਮਰ ਦੀ ਵਿਚਾਰਾ, ਅਜੇ ਹੁਣੇ ਵਿਆਹ ਹੋਇਆ ਸੀ ਉਹਨਾਂ ਦਾ, ਅਸੀਂ ਉਹਨੂੰ ਮੈਂ ਬਹੁਤ ਮਿਸ ਕਰਦਾ। ਭਾਣੇ ਨੇ ਪਰਮਾਤਮਾ ਦੇ ਮੰਨਣੇ ਪੈਂਦੇ, ਮੰਨਣਾ ਭਾਣਾ ਭਾਣ ਸਰਦਾਰ, ਚਲੋ ਪਰਮਾਤਮਾ ਜੰਗੀਰ ਕੋਚ ਸਾਹਿਬ ਠੀਕ ਹੈ, ਉਹਨਾਂ ਨੇ ਬਾਅਦ 'ਚ ਉਹਨਾਂ ਦੀ ਡੈਥ ਹੋ ਗਈ, ਬਹੁਤ ਔਖਾ ਹੋ ਗਿਆ ਪਰਿਵਾਰ ਨੂੰ ਵੀ। ਆਪਣੇ ਹੋਰ ਲੋਕਲ ਕਿਹੜੇ ਖਿਡਾਰੀ ਤੁਹਾਡੇ ਨਾਲ ਸੀ?
ਮੇਰੇ ਨਾਲ ਇੱਥੋਂ ਆਪਣੇ ਗੁਰੀ ਸੀਗਾ ਹੀ ਖੇਡਦਾ ਰਿਹਾ ਮੁੰਡਾ ਰਾਜੂ ਭਮਦੀ ਵਾਲੇ ਵੀ ਮੇਰੇ ਕੋਲ ਰਿਹਾ ਇਹ ਮੇਰੇ ਨਾਲ ਉੱਥੇ ਆਉਂਦੇ ਰਹੇ ਨੇ ਫਿਰ ਮੇਰੇ ਨਾਲ ਧੰਦਾ ਵੀ ਆਇਆ ਮੇਰੇ ਕੋਲ ਡਾਂਗੂ ਵਾਲਾ ਇਹ ਥੋੜ੍ਹਾ ਟਾਈਮ ਰਹੇ ਉੱਥੇ ਪਰ ਇਹਨਾਂ ਤੋਂ ਨਹੀਂ ਰਹੇ ਹੋਏ ਜਿਹਨਾਂ ਤੋਂ ਹੋਸਟਲਾਂ 'ਚ ਨਹੀਂ ਰਹੇ ਨਾ ਕਾਲਜਾਂ 'ਚ ਇਹ ਰਹੇ ਨਹੀਂ ਹੋਇਆ ਵਿਚਾਰੇ ਭੱਜੇ ਆਏ ਸੀਗੇ ਕੈਂਪ ਲਾ ਕੇ ਉਦੋਂ ਬਾਅਦ ਸਾਡੇ ਮੇਰੇ ਕੈਂਪ ਮੈਂ ਕਦੇ ਆ ਕੈਂਪ ਸੰਤੋਖ ਟਰੋਫੀ ਦਾ ਕੈਂਪ ਸੰਤੋਖ ਟਰੋਫੀ ਖੇਡ ਕੇ ਵੀ ਆਇਆ ਸੀ ਕੈਂਪ ਤਾਂ ਉੱਥੇ ਮੈਂ ਜਾਣੀ ਫੁੱਟਬਾਲ ਦੇ ਗੜ੍ਹ 'ਚ ਸੀਗਾ ਕੈਂਪ ਤਾਂ ਸਾਨੂੰ ਉੱਥੇ ਮਿਲੇ ਜਾਂਦੇ ਸੀ ਹਰੇਕ ਕੈਂਪ ਲਾਉਂਦੇ ਹੁੰਦੇ ਸੀ ਅਸੀਂ ਘੋਗੇ ਦੇ ਟਾਈਮ ਦੇ ਵਿੱਚ ਜਿਹੜੇ ਟੂਰਨਾਮੈਂਟ ਹੁੰਦੇ ਸੀ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਵੀ ਨਹੀਂ ਹੁੰਦਾ ਸੀਗਾ ਫੁੱਟਬਾਲ ਬਹੁਤ ਹੁੰਦੀ ਸੀ ਆਪਸ ਮੇਂ ਪਲੇਅਰਾਂ ਦਾ ਪਿਆਰ ਬਹੁਤ ਹੁੰਦਾ ਸੀ ਪ੍ਰਾਈਜ਼ ਤਾਂ ਕਿਤੇ ਨਾ ਕਿਤੇ ਨਹੀਂ ਸੀ ਕੰਬਲਾਂ ਲਈ ਖੇਡੀ ਜਾਂਦੀ ਸੀ ਟਾਈਮ ਪੀਸਾਂ ਲਈ ਜਾਂ ਕੁਛ ਕਹਿੰਦੇ ਦੀ ਪੈਸੇ ਬਹੁਤ ਘੱਟ ਹੁੰਦੇ ਸੀ ਅੱਜ ਦੀ ਫੁੱਟਬਾਲ ਅਤੇ ਤੁਹਾਡੇ ਟਾਈਮ ਦੀ ਫੁੱਟਬਾਲ ਨੂੰ ਤੁਸੀਂ ਕਿਹੜੀ ਨਜ਼ਰ ਨਾਲ ਦੇਖਦੇ ਹੋ ਜੇ ਸੋਸ਼ਲ ਮੀਡੀਆ ਹੁੰਦਾ ਅੱਜ ਤਾਂ ਇੰਨਾ ਟਾਈਮ ਸਾਨੂੰ ਲੱਗਣਾ ਨਹੀਂ ਸੀ ਕਿਉਂਕਿ ਗੇਮ ਪਰਮਾਤਮਾ ਨੇ ਬਹੁਤ ਗੋਡ ਗਿਫਟ ਸੀ ਮੇਰੇ ਕੋਲ ਤਾਂ ਜਦ ਵਿੱਚ ਵੜ ਜਾਣਾ ਕਿਉਂਕਿ ਮੇਰੇ ਪੈਰ 'ਚ ਪਰਮਾਤਮਾ ਗੋਡ ਗਿਫਟ ਇਹ ਸੀ ਵੀ ਸਕੋਰ ਮੇਰੇ ਪੈਰ 'ਚ ਸੀ ਜਦ ਮੈਂ ਵਿੱਚ ਵੜ ਜਾਣਾ ਕੋਈ ਉਹ ਹੋਊਗਾ ਡਿਫੈਂਡਰ ਨਹੀਂ ਮੈਨੂੰ ਡਿਫੈਂਡਰ ਮੇਰੇ ਕੋਲ ਤਿੰਨ ਤਿੰਨ ਚਾਰ ਚਾਰ ਵੀ ਡਿਫੈਂਡਰ ਰਹਿੰਦੇ ਸੀ ਮੇਰੇ 'ਤੇ ਪਰਮਾਤਮਾ ਨੇ ਗੋਡ ਗਿਫਟ ਸੀ ਮੇਰੇ ਕੋਲ ਪੈਰ ਸਕੋਰ ਮੈਂ ਕਰੇ ਦੇਣਾ ਸੀ ਤੁਹਾਡਾ ਆਪਣਾ ਕੋਈ ਯਾਦਗਾਰੀ ਟੂਰਨਾਮੈਂਟ ਤੁਸੀਂ ਜਿਹਨੂੰ ਬਹੁਤ ਮਿਸ ਕਰਦੇ ਹੋ ਵੀ ਆਹ ਟੂਰਨਾਮੈਂਟ ਵਧੀਆ ਸੀ ਜਾਂ ਮੇਰਾ ਕੋਈ ਆਹ ਮੈਚ ਵਧੀਆ ਸੀ ਮੈਂ ਇੱਥੋਂ ਗੋਲ ਮਾਰਿਆ ਵੀ ਮੇਰੇ ਮਨ ਨੂੰ ਬਹੁਤ ਖੁਸ਼ੀ ਮਿਲੀ ਹੋਈ ਹਾਂ ਇੱਕ ਯਾਦਗਾਰੀ ਮੈਚ ਹੈਗਾ ਸੀਗਾ ਅਸੀਂ ਨਾਭੇ ਖੇਡਦੇ ਸੀਗੇ ਨਾਭਾ ਕੱਪ ਹੁੰਦਾ ਉੱਥੇ ਬਹੁਤ ਤਕੜਾ ਕੱਪ ਹੁੰਦਾ ਕਿਹੜੇ ਕਿਹੜੇ ਪਲੇਅਰ ਨਾਲ ਸੀ ਮੇਰੇ ਨਾਲ ਮੇਰੇ ਕਾਲਜ ਵਾਲੇ ਪਲੇਅਰ ਅਤੇ ਅਸੀਂ ਉੱਧਰ JCT ਅਕੈਡਮੀ ਵੱਲੋਂ ਆਏ ਸੀ ਖੇਡਣ ਉੱਥੇ ਕਲੱਬਾਂ ਦੇ ਮੈਚ ਹੁੰਦੇ RCF ਪੰਜਾਬ ਪੁਲਿਸ ਬਿਜਲੀ ਬੋਰਡ ਸਾਰੇ ਕਲੱਬਾਂ ਦੇ ਮੈਚ ਸੀ ਸਾਡਾ ਛੇਵੀਂ ਫਾਈਨਲ ਮੈਚ ਪੈ ਗਿਆ JCTA ਨਾਲ ਅਸੀਂ JCT ਅਕੈਡਮੀ ਵੱਲੋਂ ਖੇਡ ਰਹੇ ਸੀ ਛੇਵੀਂ ਫਾਈਨਲ ਮੈਚ ਪੈ ਗਿਆ JCT ਵਾਲਿਆਂ ਨੇ ਸਾਡਾ ਮੈਚ ਪਿਆ ਛੇਵੀਂ ਫਾਈਨਲ ਸ਼ਾਮ ਦਾ ਟਾਈਮ ਸੀ 3 ਵਜੇ ਦਾ ਅਸੀਂ ਕਿਹਾ ਵੀ ਚੱਲ ਹਨੇਰਾ ਹੋ ਜਾਣਾ ਜਾਣਾ ਵੀ ਆ ਅਸੀਂ ਸੋਮੂਆਂ ਮੇਰੇ ਨਾਲ ਦੇਣਾ ਸਾਰਿਆਂ ਨੇ ਬੁੱਕ ਕਰਾਤੀਆਂ ਅਸੀਂ ਕਿਹਾ ਵੀ ਚੱਲ ਕਿਹੜਾ ਇੱਥੇ ਰਹੂਗਾ ਅੱਜ 5 ਦਿਨ ਹੋ ਗਏ ਬੈਠਿਆਂ ਨੂੰ ਨਾਭੇ 'ਚ ਵੀ ਚੱਲੇ ਜਾਣਾ ਅੱਜ ਪਿੰਡ ਨੂੰ ਸੋਮੂਆਂ ਅਸੀਂ ਬੁੱਕ ਕਰਾਤੀਆਂ ਅਸੀਂ ਕਿਹਾ ਵੀ ਭਾਈ ਹਨੇਰਾ ਹੋ ਜਾਣਾ ਆਉਂਦੇ ਨੂੰ ਵੀ ਚਲੇ ਜਾਂਦੇ ਨੇ ਅਸੀਂ ਮੈਚ ਸੈਮੀਫਾਈਨਲ ਮੈਚ ਸਾਨੂੰ ਅਸੀਂ ਤਾਂ ਸੋਮੂਆਂ ਅਸੀਂ ਬੁੱਕ ਕਰਾਈਆਂ ਸੀ ਅਸੀਂ ਪਰਮਾਤਮਾ ਕਿਹਾ ਇੱਕ ਇੱਕ ਮੈਚ ਬਰਾਬਰ ਰਹਿ ਗਿਆ ਪਲਾਂਟੀਆਂ 'ਚ ਅਸੀਂ ਜਿੱਤ ਗਏ ਜਾਣੀ ਜਿਹੜੀਆਂ ਸੋਮੂਆਂ ਅਸੀਂ ਬੁੱਕ ਕਰਾਈਆਂ ਸੀ ਅਸੀਂ ਆ ਕੇ ਸਾਡੀ ਠਹਿਰ ਰਹਿਸ ਇੱਕ ਜਗ੍ਹਾ ਦੀ ਜੀ ਜਦ ਆ ਕੇ ਸਾਨੂੰ ਭਾਜੀ ਹੋਣੀ ਪੁੱਛੇ ਸੀਨੀਅਰ ਏ ਵਾਲੇ JCT ਵਾਲੇ ਕਹਿੰਦੇ ਯਾਰ ਕਿੱਦਾਂ ਤੁਸੀਂ ਕਿੱਦਾਂ ਜਾਣਾ ਜੀ ਅਸੀਂ ਕਿਹਾ ਭਾਅ ਜੀ ਅਸੀਂ ਸੋਮੋ ਬੁੱਕ ਕਰਾਈ ਹੋਈਆਂ ਨੇ ਉਹਨਾਂ 'ਚ ਤੁਸੀਂ ਚਲੇ ਜਾਓ ਜਾਣੀ ਉਹ ਯਾਦਗਾਰੀ ਮੈਚ ਬਹੁਤ ਸੀ ਕਿਉਂਕਿ ਅਸੀਂ ਤਾਂ ਹਾਰ ਮੰਨੀ ਹੋਈ ਤੀ ਚੱਲ ਕਿੱਥੇ ਜੇ ਅਸੀਂ ਯਾਦਗਾਰੀ ਗੋਲ ਨਾਭੇ ਦਾ ਕੋਈ ਯਾਦਗਾਰੀ ਨਾਭੇ ਦਾ ਗੋਲ ਹਾਂ ਸਾਡਾ ਗੋਲਡਨ ਗੋਲ 'ਤੇ ਜਿੱਤੇ ਹਾਂ ਅਸੀਂ ਡਰਾ ਹੋਏ ਕਿਹਨਾਂ ਨੇ ਗੋਲ ਕਰੇ ਸੀ ਉਹ ਮੇਰੇ ਨਾਲ ਥਾਪਾ ਸੀਗਾ ਅਸੀਂ 2 ਫਾਰਵਰਡ ਸੀ ਮਨੀਪੁਰ ਦਾ ਮੁੰਡਾ ਥਾਪਾ ਮੇਰੇ ਨਾਲ ਉਹਨੇ ਜਾਣੀ ਇਕੱਠਿਆਂ ਦਾ ਮੇਰਾ ਹੈੱਡ ਲੱਗਿਆ ਉਹਨੇ ਜਾ ਕੇ ਛਾਤੀ ਲਾ ਕੇ ਗੋਲ ਕਰਤਾ ਸੀਗਾ ਇੰਨੀ ਖੁਸ਼ੀ ਮਿਲੀ ਬਹੁਤ ਖੁਸ਼ੀ ਉਹ ਅਸੀਂ ਤਾਂ ਹਾਰ ਮੰਨੀ ਹੋਈ ਸੀ ਅਸੀਂ ਕਿੱਥੇ ਡਰਾ ਹੋ ਗਏ ਮੈਚ ਪਲਾਂਟੀਆਂ 'ਚ ਅਸੀਂ ਜਿੱਤ ਗਏ ਮੇਰੇ ਨਾਲ ਮੇਰਾ ਉਸ ਟਾਈਮ ਪ੍ਰਦੀਪ ਸੀਗਾ ਕਨੇਡਾ ਵਾਲਾ ਮੁੰਡਾ ਖੋਥੜਾਂ ਵਾਲਾ ਪ੍ਰਦੀਪ ਮੋਰਾ ਵਾਲੀ ਮੁੰਡਾ ਦੀਪਾ ਪਰਮਿੰਦਰ ਅਸੀਂ ਮੈਨੂੰ ਆਸ ਨਹੀਂ ਸੀ ਅਸੀਂ ਤਾਂ ਜਾਣਾ ਆਉਣਾ ਸੀ ਅਸੀਂ ਉੱਥੇ ਬੜੀ ਖੁਸ਼ੀ ਮਨਾਈ ਉੱਦਣ ਜਾਣੀ ਯਾਦਗਾਰੀ ਕੱਪ ਮੈਚ ਸੀ ਉਹ ਸਾਡਾ ਹੁਣ ਲੱਖਾਂ ਰੁਪਏ ਦਿੱਤੇ ਜਾਂਦੇ ਨੇ ਟੂਰਨਾਮੈਂਟਾਂ ਦੇ ਡਾਲਰ ਵੀ ਦਿੱਤੇ ਜਾਂਦੇ ਨੇ ਅਤੇ ਪਲੇਅਰਾਂ 'ਤੇ ਡਾਲਰ ਵੀ ਲੱਗਦੇ ਨੇ ਮੋਟਰਸਾਈਕਲ ਆਉਣ ਵਾਲੇ ਟਾਈਮਾਂ 'ਚ ਬਹੁਤ ਅਨੇਕਾਂ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲਣੀਆਂ ਨੇ ਉਹਨਾਂ ਨੂੰ ਕਿਸ ਨਜ਼ਰ ਨਾਲ ਘੋਗਾ ਦੇਖਦਾ ਵੀ ਉਹ ਸਹੀ ਆਉਣ ਵਾਲੇ ਟਾਈਮ ਦੇ ਵਿੱਚ ਜਾਂ ਫੁੱਟਬਾਲ ਉਹਦੇ ਨਾਲ ਡਾਊਨ ਆ ਜਾਂ ਅੱਪ ਜਾ ਰਹੀ ਆ ਫੁੱਟਬਾਲ ਆਪਾਂ ਹੁਣ ਉਹਦੇ ਨਾਲੋਂ ਜਦ ਤਾਂ ਲੈਂਪ ਟਾਈਮ ਪੀਸ ਗਲਾਸ ਪਲੇਟਾਂ ਇਹ ਨਾਮ ਹੁੰਦੇ ਸੀ ਹੁਣ ਤਾਂ ਜਾਣੀ ਲੱਖਾਂ 'ਚ ਇੱਕ ਇੱਕ ਮੈਚ 40-40 ਹਜ਼ਾਰ ਰੁਪਇਆ ਗੋਲ 'ਤੇ ਲੱਗ ਜਾਂਦਾ ਜਾਣੀ ਹੁਣ ਫੁੱਟਬਾਲ ਬਹੁਤ ਅੱਪ ਵਧੀਆ ਜਾਣੀ ਬਹੁਤ ਵਧੀਆ ਅੱਗੇ ਨਾਲ ਫੁੱਟਬਾਲ ਹੋ ਗਈ ਹੁਣ ਚਲੋ ਪੈਸਾ ਵੀ ਉੱਦਾਂ ਲੋਕਾਂ ਕੋਲ ਜ਼ਿਆਦਾ ਆ ਗਿਆ ਨਾ ਕਿਉਂ ਜਿਹੜੇ ਸਪੋਰਟਸਮੈਨ ਸੀ ਉਹ ਬਾਹਰ ਚਲੇ ਗਏ ਉਹ ਆਪਣੇ ਆਪਣੇ ਪਿੰਡ ਨੂੰ ਗਾਈਡ ਕਰ ਰਹੇ ਸਪੋਰਟ ਕਰ ਰਹੇ ਨੇ ਹਰੇਕ ਪਿੰਡ 'ਚ ਟੂਰਨਾਮੈਂਟ ਹੁੰਦਾ ਚੰਗਾ ਤੋਂ ਚੰਗਾ ਹੁੰਦਾ ਮੇਰੇ ਪਿੰਡ ਦੇ ਲਾ ਲਓ ਟੂਰਨਾਮੈਂਟ ਅਸੀਂ ਐਤੀ 32 ਲੱਖ ਰੁਪਇਆ ਸਾਡੇ ਟੂਰਨਾਮੈਂਟ 'ਤੇ ਲੱਗਿਆ ਜਿਹੜਾ ਹਿਸਾਬ ਹੋਇਆ ਪਾਇਆ ਹੋਇਆ ਉਹਨਾਂ ਨੇ ਨੈੱਟ ਦੇ ਉੱਪਰ ਵੀ ਪਾਇਆ ਹੋਇਆ ਮੇਰੇ ਭਰਾ ਉਹਨਾਂ ਨੇ ਪਰ ਜਿੱਦਾਂ ਵੀ ਪੈਸਾ ਹੁਣ ਜਾਣੀ ਹੈਗਾ ਜਦ ਪੈਸਾ ਨਹੀਂ ਸੀਗਾ ਪਲੇਅਰਾਂ 'ਚ ਹੁਣ ਆਪਸੀ ਪਿਆਰ ਲੱਗਦਾ ਤੁਹਾਨੂੰ ਵੀ ਹੈਗਾ ਜਿਹਦਾ ਨਾਮ ਵੱਧ ਹੁਣ ਕਿੱਥੇ ਪਿਆਰ ਤਾਂ ਜਿਹੜਾ ਪਹਿਲਾਂ ਸੀਗਾ ਨਾ ਜੱਸੇ ਯਾਰ ਉਹੀ ਪਿਆਰ ਹੁੰਦਾ ਸੀ ਹੈ ਨਾ ਹੁਣ ਕੀ ਕਾਰਨ ਮੰਨਦੇ ਹੋ ਵੀ ਕਿਉਂ ਨਹੀਂ ਇੰਨੇ ਪ੍ਰਾਈਜ਼ ਵੱਧ ਗਏ ਨੇ ਪਹਿਲਾਂ ਤਾਂ ਪ੍ਰਾਈਜ਼ ਵੀ ਨਹੀਂ ਕਿਤੇ ਨਾ ਕਿਤੇ ਹੁੰਦੇ ਸੀ ਵੀ ਪਿਆਰ ਕਿਹੜੀ ਗੱਲੋਂ ਨਹੀਂ ਪਲੇਅਰਾਂ 'ਚ ਹੈਗਾ ਆਪਸ ਮੇਂ ਟਾਈਮ ਨਹੀਂ ਪਿਆਰ ਤਾਂ ਟਾਈਮ ਨਾਲ ਹੁੰਦਾ ਜਦ ਟਾਈਮ ਸੀਗਾ ਅੱਗੇ ਮੋਬਾਈਲ ਨਹੀਂ ਸੀਗੇ ਠੀਕ ਆ ਅੱਗੇ ਟਾਈਮ ਇੱਕ ਦੂਏ ਕੋਲ ਅਸੀਂ 2-2 ਰਾਤਾਂ 4-4 ਰਾਤਾਂ ਲਾਈ ਜਾਂਦੇ ਸੀ ਮੇਰਾ ਫਰੈਂਡ ਸੀਗਾ ਗਾਂਧੀ ਆਈ ਉਹ ਮੇਰੇ ਕੋਲ ਰਹਿੰਦਾ ਸੀ ਅਸੀਂ ਕਿਤੇ ਜਾਂਦੇ ਨਹੀਂ ਸੀ ਮੈਂ ਉਹਦੇ ਕੋਲ ਚਲੇ ਜਾਣਾ ਉਹਨੇ ਮੇਰੇ ਕੋਲ ਆ ਜਾਣਾ
प्यार सी जसे यार है ना, जिथे वह आ गया और उन्हें दादा ना इतों जाना ही नहीं खेडी जाना, रात को 10-10 बजे ही घर आना। इन्हें प्राप्तियां आप तो जरूर दिखावे कहो कि भी आह कड़ा सर्टिफिकेट आ जोड़ा 19 साल के गोल्ड मैडल जितते बारे थोड़ा थोड़ा दसो। ये नैशनल गोल्ड है अंडर 19 अपने स्पोर्ट्स स्कूल जलंधर वालों खेडे थे, पंजाब की टीम वालों गए थे नैशनल का, यह अंडर 99 का यह असं श्रीनगर हुई थी गेमां जम्मू च। बिलकुल जी नैशनल गोल्ड 19 साल बहुत वड्डी प्राप्ति आ, हर एक प्लेयर का सुपना रहिंदा भी मैं सर्टिफिकेट किवें ना किवें भी प्राप्त करा है ना, सुपना हर गया सुपना आता भी जो घोगे वीर का सुपना पूरा होया तुसी देख सकते हो। तो घोगे वीर मैं एक तुहानू होर सवाल करना चाहुंदा बई जूनियर जिहड़े टूरनामेंट ने कितना किते बिल्कुल खत्म हो गए ने, देखण नू नहीं मिलदे, पिंड पिंड वर टूरनामेंट करवाया जांदा जां उह पाल ओपन दे टूरनामेंट करवाए जांदे ने, जे आपां टूरनामेंट नहीं करवावांगे आपां जिहड़ी आउण वाली साडी जवानियां नू ग्राउंडां दे नाल किवें जोड़ांगे, किवें अगे लैके आवांगे, क्योंकि आउण वाले टाइम दे विच सानू बहुत मुश्किलां दा सामना भी करना पै सकदा। हांजी आपां बच्चों का टूरनाम गेम हूँ घटा हो गया अगे ना है ना, बजनी का टूरनामेंट नहीं होंगे सुख ना। की कारण मानते हो जी? यह कारण यह है ना भी अगे 58 किलो 57 किलो होंगी उसकी फुटबॉल, 55 किलो 58 किलो यह होंगे थी बजनी, असी जिन्ने टूरनामेंट भी असी कराए साडे पहला होंगे थी जी पहला कमेटी, हूँ कितने भी आ बजनी टूरनामेंट होंगी। मैं चाहना मैं भी यह आ भी हरेक कित जे आप बच्चों मौका देवे वो ही क्लब चाहे है ना, ता ही गाहें आवे क्लब च, जे आप बजनी टूरनामेंट करावे बजनी दे अपने 4 बंदे क्लब वाले होंगे ने, बाकी दे प्लेयर अपने बजनी वाले अपने कवर करते हैं। तुम वादा करते हो भी आने वाले दहाड़ू के टूरनामेंट से असी बजनी टूरनामेंट साली टूरनामेंट करवावे जां बजनी एक दिन का जां दो दिन का, ता कि आने वाले होर टूरनामेंटा भी यही चीज़ तो सिक्ख्या मिल सके। हाँ जी हूँ पता की है जिदा हरेक साल टूरनामेंट कराने वे कोई नहीं, 2 दिन बद लग जाएंगे, 1 दिन 2 दिन बद लग जाएंगे, असी फिलहाल स्टार्ट कराया तो हैगा ही 2 साल हो गए शायद सानू बच्चों का मैच कराने, पर हूँ असी 8 टीम रख के जब बजनी टूरनामेंट जा असी मेरे हिसाब नाल भी 12 साल है ना तक 12 साल के जवाकों का टूरनामेंट भी ये 12 साल के हाँ 14 साल के तक आप सर्टिफिकेट देख के है ना कराया करांगे, क्योंकि पिंडे वीर का भी मैं लगता भी शायद सुपना है भी जेड़े अपने पिंड च नहीं होर पिंड भी जेड़े आप नवे मुंडे ने उन्होंने जोड़िए नशा तो दूर करिए ग्राउंड ना जोड़िए जूनियर जेड़े टूरनामेंट ने भावें साली भावें बजनी जरूर कितना कित जे करवाए जा। हाँ मेरा भरा ने मैनू कहा भी ती मोहन पुराले अपने मेरा ब्रदर है वह बूटा उन्होंने भी दस कहा भी तुम यार अकैडमी खोल लो एक बच्चों की मैं तो मैं खर्चा मैं करूँगा भी तुम कराओ है ना, फिलहाल उन्होंने भी कहा अस चो अं देखते हैं हम स्कूल वाल गल करके बच्चों है ना भी इतने अभी कमरे पा के भी शायद असी जे स्कूल वाला साडा साथ देंदे ने बच्चे असी भी उरे बेंगे बना लिए, कोशिश थोड़ी पूरी है साडी कोशिश हूँ मेरी जै मैं जरूर कर रहा हाँ भी मेरे नाल बूटा हो जू मोहनपुर तो भी असी अंडर पहला 14 फिर 17 फिर 19 दे इत्थे ही स्कूल वाले ना कवर कर गलबात करके भी बच्चे पनीरी नूं सांभ लिए पनीरी हाँ सांभी जावे ना जसे उहदे वर्गी रीस नहीं, चलो आपां नहीं हुण आपां नूं कोई गाइड करने वाला नहीं सी आपां हुण गाइड करदे आ बच्चों नूं है ना गाइड करन दी कोशिश बहुत कुछ परमात्मा दित्ता होया बहुत कुछ आ परमात्मा हुण किधरे ब्रदर मेरा कहिंदा खर्चा मैं करूंगा तुसीं बच्चे सांभणे ने ना, हाँ जे हुण अपने स्कूल वाले साथ दे देण भी असीं हाँ पढ़ाई असीं देवांगे बच्चे असीं रखांगे पढ़ाई फ्री ओह करनी होंगी है हूँ तो चलो खर्चा तो चलो ब्रदर मेरा कहना मैं करूँ फिर बच्चे असी इदा भी अभी सलाह भी इतने बिंग बना लीए हाँ दहड़ू बिंग बनाया जाए पंजाब पनीरी अपने अखबारों से कढ़ा देंगे अंडर 17 के ट्रायल 19 के ट्रायल लिया करा अंडर पहला 14 तो स्टार्ट करा 17 दो 9वीं 10वीं चल जाने ने। दहड़ू की टीम पहला किदा की होंगी सी कि प्लेयर खेडते सीजन के किन्ने टूरनामेंट खेडते थे किन्ने टूरनामेंट जितते प्लेयर किड़े होंगे सके क्योंकि बहुत बड़ा नाम सगा दहड़ू का फुटबॉल के जिदा मैं दर्शकों का अक्सर सुनता रहना भी पहले टाइम मोहनपुर के नाल थोड़ा बड़ा ही जी कुंडी अड़ती थी खेडते मैदान में उदा जी कोई चक्कर नहीं मोहनपुर दादा यार साडा इदा सीगा रहिंदे वी असीं इकट्ठे थी पर साडा इन्ना गेम दे विच इन्ना मैचां च इन्ना हो जांदा ते भी जिवें इंडिया ते पाकिस्तान दे मैच नूं लोक इकट्ठे हो जांदे ने साडे पिंड वालिआं नूं वी इन्नी खुशी हो जांदी ती भी यार मोहनपुर नाल मैच आ
नहीं यार हारना नहीं हैगा, जितना जिवें मर्जी आ। जिवें इंडिया ते पाकिस्तान दा मैच नूं लोक देखदे सी, मोहनपुर ते दहड़ू दा इदां फाइट हुंदी हुंदी सी। किहड़े किहड़े प्लेयर हुंदे सी पिंड दे? पिंड दे प्लेयर मिठू सीगा प्रधान जी अपने भोला, साडा दोस्त गांधी साडे नाल हुंदा सी, उह वी बहुत टाइम साडे नाल खेडिया, फुटबाल दा बहुत शौक सी उहनूं। असीं यार मोहनपुर नूं मैच ਕਿਤੇ ਅਸੀਂ ਜਿੱਤ ਜਾਂਦੇ ਸੀ, ਕਦੇ ਉਹ ਜਿੱਤ ਜਾਂਦੇ। ਕਿੰਨੇ ਟੂਰਨਾਮੈਂਟ ਲਾਉਂਦੇ ਸੀ ਫਿਰ, ਕਿੰਨੇ ਜਿੱਤ ਜਾਂਦੇ ਸੀ, ਕੋਈ ਆਈਡੀਆ ਹੈ ਜਾਂ ਕੋਈ? ਯਾਰ ਜਸੇ ਇੱਦਾਂ ਹੈਗਾ, ਇਸ ਸਾਲ ਮੈਂ ਇੱਕ ਸਾਲ ਮੈਂ ਪ੍ਰੈਕਟਿਸ ਕਰਵਾਈ ਸੀ ਟੀਮ ਨੂੰ, 3 ਕੁ ਮਹੀਨੇ ਮੈਂ ਪ੍ਰੈਕਟਿਸ ਕਰਵਾਏ ਤੇ ਉਹਦੇ ਵਿੱਚ ਅਸੀਂ ਸੀਜ਼ਨ ਦੇ ਵਿੱਚ 1 ਸਾਲ ਟੂਰਨਾਮੈਂਟ 28 ਟੂਰਨਾਮੈਂਟ ਅਸੀਂ ਜਿੱਤੇ ਸੀ, ਜਿਨ੍ਹਾਂ ਦਾ ਅਸੀਂ ਇਕੱਠਾ ਨਾਮ ਵੰਡਿਆ ਸੀ। ਸਾਡੇ ਕੋਲ ਟਾਈਮ ਨਹੀਂ ਸੀ ਹੁੰਦਾ ਜਸੇ ਵੀ ਹਰੇਕ ਹਫ਼ਤੇ 2 ਟੂਰਨਾਮੈਂਟ ਅਸੀਂ ਜਿੱਤੇ ਜਾਣੇ, ਜਿੰਨੇ ਉਹਨੇ ਟੂਰਨਾਮੈਂਟ ਲਾਉਣੇ, ਜਾਣੂ ਸਾਨੂੰ ਅਸੀਂ ਨਾਮ ਵੰਡਣ ਦੀ ਸਲਾਹ ਕਰਨੀ, ਜਾਣੂ ਟੂਰਨਾਮੈਂਟ ਹੋਰ ਆ ਜਾਣਾ। ਅਸੀਂ ਜਿੱਦਾਂ ਫਿਰ 28 ਟੂਰਨਾਮੈਂਟਾਂ ਦਾ ਇਕੱਠਾ ਨਾਮ ਵੰਡਿਆ ਸੀ ਜਸੇ, ਅਸੀਂ 1 ਸੀਜ਼ਨ ਦੇ ਵਿੱਚ ਅਸੀਂ 28 ਟੂਰਨਾਮੈਂਟ ਜਿੱਤੇ ਸੀ। 3 ਮਹੀਨੇ ਪ੍ਰੈਕਟਿਸ ਮੈਂ ਕਰਵਾਈ ਸੀ, ਖੁਦ ਟੀਮ ਨੂੰ ਪ੍ਰੈਕਟਿਸ ਕਰਵਾਈ ਸੀ, ਅਸੀਂ ਟੂਰਨਾਮੈਂਟ ਕਿਤੇ ਨਹੀਂ ਸੀ ਹਾਰੇ। ਪਹਿਲੇ ਟਾਈਮਾਂ ਦੇ ਵਿੱਚ ਬਹੁਤ ਜਿਹੜੀ ਚੜ੍ਹਤ ਰਹੀ ਆ ਤੁਹਾਡੀ ਟੀਮ ਦੀ, ਤੁਹਾਡੀ ਪਿੰਡ ਨੇ ਬਹੁਤ ਤਕੜੇ ਜਿਹੜੇ ਪਲੇਅਰ ਦਿੱਤੇ ਨੇ। 2-3 ਸਾਲ ਤੋਂ ਮੈਂ ਦੇਖਦਾ ਵੀ ਦਹਿੜੂ ਦੀ ਟੀਮ ਜਿਹੜੀ ਟੂਰਨਾਮੈਂਟਾਂ 'ਤੇ ਨਹੀਂ ਨਜ਼ਰ ਆ ਰਹੀ। ਨਵੇਂ ਮੁੰਡੇ ਜੁੜੇ ਨਹੀਂ ਜਾਂ ਫਿਰ ਨਾਲ ਜੋੜੇ ਨਹੀਂ ਤੁਸੀਂ? ਨਹੀਂ, ਨਵੇਂ ਮੁੰਡੇ ਜਿੱਦਾਂ ਹੈਗੇ ਨੇ, ਪਰ ਉਹਦਾ ਕਹਿਣਾ ਇੰਜਣ ਤੋਂ ਬਗੈਰ ਡੱਬੇ ਰੁਲ ਜਾਂਦੇ ਨੇ, ਉਹ ਕੰਮ ਹੋਇਆ। ਮੈਂ ਫੁੱਟਬਾਲ ਬੰਦ ਵੀ ਨਹੀਂ ਕਰੀ, ਚਲੋ ਮੈਂ ਘਟਾ ਤਾ ਯਾਰ, ਮੇਰਾ ਐਕਸੀਡੈਂਟ ਹੋ ਗਿਆ ਸੀ, ਉਦੋਂ ਬਾਅਦ ਮੈਂ ਖੇਡਣ ਜਾਂਦਾ ਨਹੀਂ ਰਿਹਾ। ਇਹ ਬਾਕੀ ਪਲੇਅਰ ਭੋਲੇ ਹੋਣੇ ਕੰਮਾਂ ਕਾਰਾਂ 'ਚ ਪੈ ਗਏ, ਬਾਕੀ ਪਲੇਅਰ ਸਾਡੇ ਬਾਹਰ ਚਲੇ ਗਏ। ਜਾਣੀ ਕਿ ਟੀਮ ਨੂੰ ਯਾਰ ਇੰਜਣ ਤਾਂ ਚਾਹੀਦਾ ਹੀ ਆ ਡੱਬੇ ਜੋੜਨ ਵਾਸਤੇ, ਡੱਬੇ ਤਦੇ ਤੁਰਦੇ ਨੇ। ਹਰ ਇੱਕ ਟੀਮ ਦੇ ਵਿੱਚ 3 ਜਾਂ 4 ਸੀਨੀਅਰ ਚਾਹੀਦੇ ਨੇ, ਟੀਮ ਤੁਰੀ ਰਹਿੰਦੀ ਆ। ਹਾਂ, ਹੁਣ ਮੇਰੇ ਨਾਲ ਮੇਰਾ ਭਰਾ ਆ ਸਾਡਾ ਯਾਰ, ਵਿਚਾਰੇ ਦਾ ਸੀ ਬਹੁਤ ਸੀਨੀਅਰ ਆ, ਮੇਰੇ ਤੋਂ ਮੈਂ ਇੱਜ਼ਤ ਵੀ ਬਹੁਤ ਕਰਦਾ, ਮਿੱਠੂ ਦੀ ਬਹੁਤ ਵਧੀਆ ਨਾਈਸ ਬੰਦਾ ਯਾਰ। ਜਿੱਥੇ ਜਾਣੀ ਉਹ ਪਲੇਅਰ 'ਚ ਇੱਕ ਐਸਾ ਪਲੇਅਰ ਆਪਣੇ, ਮੈਂ ਕਿਤੇ ਨਾ ਕਿਤੇ ਤੁਹਾਡੀ ਜੋੜੀ ਵੀ ਮਸ਼ਹੂਰ ਰਹੀ ਆ ਬਹੁਤ, ਘੋਗੇ ਦੇ ਨਾਲ ਦਹਿੜੂ ਦੀ ਜੋੜੀ, ਮਿੱਠੂ ਦੀ ਜੋੜੀ ਬਹੁਤ ਮਸ਼ਹੂਰ ਰਹੀ ਆ ਬਹੁਤ। ਜਾਣੀ ਸਾਡੇ ਤਾਂ ਐਂ ਕਹਿੰਦੇ ਸੀ ਯਾਰ, ਮਿੱਠੂ ਨਾ ਲੰਘ ਜਾਵੇ ਘੋਗਾ, ਨਾ ਲੰਘ ਜਾਵੇ ਮਿੱਠੂ, ਨਾ ਲੰਘੇ ਘੋਗਾ। ਜਾਣੀ ਮਿੱਠੂ ਇੱਕ ਇੰਨਾ ਪਲੇਅਰ, ਸੰਸੀਰ ਪਲੇਅਰ ਆ ਯਾਰ, ਮੈਂ ਉਹ ਪਲੇਅਰ ਦੀ ਕੁਆਲਿਟੀ ਆ ਵੀ ਉਹ 'ਚ ਗੁੱਸਾ ਤਾਂ ਹਾਇਓ ਨਹੀਂ। ਜਿੰਨਾ ਮਰਜ਼ੀ ਉਹਨੂੰ ਬੋਲ ਲਾ, ਜਿੰਨਾ ਮਰਜ਼ੀ ਉਹਨੂੰ ਕੁਛ ਕਹਿ ਲਾ, ਗਾਲਾਂ ਕੱਢ, ਪਰ ਉਹ ਬੰਦਾ ਨਾਇਸ ਯਾਰ, ਉਹ ਬੰਦੇ ਨੇ ਗੁੱਸਾ ਤਾਂ ਪਲੇਅਰ 'ਚ ਆਏ ਨਹੀਂ, ਇੰਨਾ ਨਰਮ ਦਿਲ ਬੰਦਾ ਮੈਂ ਨਹੀਂ ਦੇਖਿਆ। ਅਤੇ ਹਾਂ, ਸੰਸੀਰ ਬਹੁਤ ਆ ਯਾਰ, ਜਿੱਦਾਂ ਹੈ ਨਾ ਹੁਣ ਤੱਕ ਸਾਡੇ ਨਾਲ ਵਿਚਾਰਾ ਮੋਢੇ ਨਾਲ ਮੋਢਾ ਲਾ ਕੇ ਖੜੇ ਆ, ਬਹੁਤ ਬੰਦਾ ਵਧੀਆ। ਆਪਣੇ ਟਾਈਮ ਦੇ ਵਿੱਚ ਬੈਸਟ ਪਲੇਅਰ ਨਿਕਲੋ ਜਾਂ ਹੁਣ ਬੈਸਟ ਕਿਤੇ ਨਿਕਲਿਆ, ਕੋਈ ਜਿੱਤਿਆ, ਕੋਈ ਯਾਦ ਹੈਗਾ ਕੁਛ ਪਹਿਲੇ ਟਾਈਮਾਂ ਦੇ ਵਿੱਚ? ਬੈਸਟ ਪਲੇਅਰ ਮੈਂ ਬਹੁਤ, ਹਰੇਕ ਬਹੁਤ ਚੰਗੇ ਟੂਰਨਾਮੈਂਟ ਕਲੱਬਾਂ ਵੱਲੀ ਉਹਦਾ ਮੈਂ ਬੈਸਟ ਬਹੁਤ ਨਿਕਲਦਾ। ਆਪਣੇ ਇੱਥੇ ਲਗਾਤਾਰ ਮੈਂ 3 ਸਾਲ ਅਸੀਂ ਕੱਪ ਜਿੱਤਿਆ, ਟਮੋਟ ਉੱਥੇ ਬੈਸਟ ਪਲੇਅਰ ਕੱਢਿਆ, ਕਢਾਣੀ ਮੈਨੂੰ ਬੈਸਟ ਪਲੇਅਰ ਕੱਢਿਆ, ਕੰਗਰਾਲੀ ਕੱਢਿਆ, ਬਹੁਤ ਟੂਰਨਾਮੈਂਟਾਂ 'ਤੇ ਮੈਨੂੰ ਬੈਸਟ ਪਲੇਅਰ ਕੱਢਿਆ, ਜਾਣੀ ਬਹੁਤ ਪਲੇਅਰ ਟੂਰਨਾਮੈਂਟਾਂ 'ਤੇ। ਉੱਧਰ ਕਲੱਬਾਂ ਵੱਲੀ ਉਹ ਤਾਂ ਮੈਂ ਬੈਸਟ ਜਾਣੀ ਗੋਲ ਕਰ ਦੇਣਾ, ਵਧੀਆ ਗੋਲ ਕਰ ਦੇਣਾ, ਬੈਸਟ ਪਲੇਅਰ ਤਾਂ ਨਿਕਲਦਾ। ਆਲ ਓਪਨ ਵੀ ਖੇਡਿਓ ਕਿਤੇ, ਕਿਹੜੀ ਟੀਮ ਲਈ ਜ਼ਿਆਦਾਤਰ ਖੇਡਿਓ ਆਲ ਓਪਨ? ਆਲ ਓਪਨ ਆਪਣੇ ਸਰਾਬੇ ਵਾਲੇ ਵੀਰ ਮੈਨੂੰ ਬੁਲਾ ਲੈਂਦੇ ਸੀਗੇ, ਡੰਗ ਵਾਲੇ ਬੁਲਾ ਲੈਂਦੇ ਸੀ, ਇਹ ਜੱਸੋ ਵਾਲੇ ਅਤੇ ਇਹਨਾਂ ਬੋਲੀਓ। ਮੈਂ ਉੱਧਰ ਸਰਾਬਾ ਟੂਰਨਾਮੈਂਟ ਬਹੁਤ ਆਪਣੇ ਫਤਿਹਗੜ੍ਹ ਸਾਹਿਬ ਹੁੰਦਾ, ਸਾਹਿਬਜ਼ਾਦੇ ਵਾਲਾ ਆਪਣੇ ਜੋੜ ਮੇਲੇ 'ਤੇ, ਉਹ ਟੂਰਨਾਮੈਂਟ ਮੈਨੂੰ ਫਾਈਨਲ ਸੈਮੀਫਾਈਨਲ 'ਚ ਮੈਨੂੰ ਕਾਲ ਕਰਦੇ ਨੇ ਪੱਪੀ ਭਾਅ ਜੀ ਵਾਲੇ ਆਪਣੇ ਫਤਿਹਗੜ੍ਹ ਸਾਹਿਬ ਤੋਂ, ਹਾਂ ਰਾਣੇ ਭਾਅ ਜੀ ਹੋਣੀ ਬੱਸੀ ਵਾਲੇ, ਉਹਨਾਂ ਨੇ ਮੈਨੂੰ ਕਾਲ ਕਰ ਦੇਣੀ, ਮੈਂ ਉੱਧਰੋਂ ਟੂਰਨਾਮੈਂਟ ਫਤਿਹਗੜ੍ਹ ਸਾਹਿਬ ਵਾਲਾ ਫਾਈਨਲ ਹੀ ਖੇਡਦਾ ਹੁੰਦਾ ਸੀ, ਬਹੁਤ ਜਿੱਤਿਆ ਉੱਥੇ ਫਤਿਹਗੜ੍ਹ ਸਾਹਿਬ। ਹਰ ਸਾਲ ਟੂਰਨਾਮੈਂਟ ਹੁੰਦਾ ਦਹਿੜੂ ਪਿੰਡ ਦੇ ਵਿੱਚ, ਨਰੋਲ ਪਿੰਡ ਟੂਰਨਾਮੈਂਟ ਕਰਵਾਉਂਦੇ ਹੋ, ਇਹ ਤੁਸੀਂ ਸਹੀ ਮੰਨਦੇ ਹੋ ਵੀ ਜਿਹੜੇ ਪੰਜਾਬ ਦੇ ਵਿੱਚ ਖੇਡ ਮੇਲਿਆਂ 'ਚ ਟੂਰਨਾਮੈਂਟ ਹੁੰਦੇ ਨੇ, ਨਰੋਲ ਪਿੰਡ ਹੀ ਹੋਣੇ ਚਾਹੀਦੇ ਨੇ ਜਾਂ 3 ਬਾਹਰੋਂ ਰੱਖ ਕੇ ਹੋਣੇ ਚਾਹੀਦੇ ਨੇ, ਜਾਂ ਆਲ ਓਪਨ ਸਹੀ ਤਰੀਕੇ ਕੋਈ ਸਿਸਟਮ ਦੇ ਨਾਲ ਹੋਣੇ ਚਾਹੀਦੇ ਨੇ? ਨਹੀਂ ਜਸੇ, ਪਿੰਡ ਬਾਹਰ ਟੂਰਨਾਮੈਂਟ ਤਾਂ ਇੱਕ ਪਿੰਡ ਦਾ ਹੀ ਜ਼ਰੂਰੀ ਆ, ਉਹਦੇ ਕੀ ਕਾਰਨ ਮੰਨਦੇ ਹੋ? ਉਹਦੇ ਵਿੱਚ ਇਹ ਫਾਇਦਾ ਯਾਰ, ਆਲ ਓਪਨ 'ਚ ਫਿਰ ਨਾ ਪਿੰਡਾਂ ਦੇ ਮੁੰਡੇ ਦਿਖਦੇ ਨਹੀਂ ਹੈਗੇ, ਜਿੱਥੇ ਆਪਾਂ ਆਲ ਓਪਨ ਦਾ ਟੂਰਨਾਮੈਂਟ ਕਰਾ ਦਿੰਦੇ ਹਾਂ ਉੱਥੇ ਫਿਰ ਆਲ ਓਪਨ ਦੀ 8 ਟੀਮਾਂ ਹੀ ਹੁੰਦੀਆਂ ਨੇ, ਉੱਥੇ ਜਾਣੀ ਪਿੰਡ ਦੇ ਪਲੇਅਰਾਂ ਨੂੰ ਵਿਚਾਰੇ ਉਹਨਾਂ ਨੂੰ ਮੌਕਾ ਨਹੀਂ ਮਿਲਦਾ, ਮੌਕਾ ਨਹੀਂ ਮਿਲਦਾ ਜਿੱਥੇ ਯਾਰ ਹੈ ਨਾ, ਇੱਕ ਪਿੰਡ ਪੇਂਡੂ ਟੂਰਨਾਮੈਂਟਾਂ ਦਾ ਹੀ ਫਾਇਦਾ, ਜੇ ਹੁਣ ਆਪਾਂ ਆਲ ਓਪਨ ਕਰਾਉਣੇ ਉਹ ਤਾਂ ਕਲੱਬਾਂ ਵਾਲੇ ਮੈਚ ਹੋ ਗਏ, ਸਮਝ ਲੈ ਵੀ ਮਲਾਈ ਮਲਾਈ ਚੱਕਣੀ ਆਪਾਂ ਨੇ ਹੈ ਨਾ ਪਿੰਡਾਂ 'ਚੋਂ ਟੀਮ ਬਣਾਉਣੀ। ਨਹੀਂ ਯਾਰ, ਉਹਦੇ ਵਿੱਚ ਮੈਂ ਉਹ ਚੀਜ਼ ਨਹੀਂ ਜਾਣੀ, ਜਿਹੜਾ ਇੱਕ ਪਿੰਡ ਟੂਰਨਾਮੈਂਟ ਨਰੋਲ ਵਧੀਆ ਮੰਨਦੇ ਹੋ? ਨਰੋਲ ਇਹੀ ਚਾਹੀਦਾ ਟੂਰਨਾਮੈਂਟ, ਫਾਇਦਾ ਹੀ ਨਰੋਲ ਦਾ ਕਰਾਉਣ ਦਾ ਯਾਰ, ਹੋਰ ਤਾਂ ਨਹੀਂ ਤਾਂ ਟੂਰਨਾਮੈਂਟ ਆਪਾਂ ਹੋਰ ਕਿਤੇ ਦੇਖਣ ਜਾ ਸਕਦੇ ਹਾਂ, ਖੇਡਣਾ ਦਾ ਆਲ ਓਪਨ 'ਚ ਬਹੁਤ ਔਖਾ। ਬਿਲਕੁਲ ਜੀ, ਬਹੁਤ ਵਧੀਆ ਤੁਸੀਂ ਗੱਲ ਕੀ ਵੀ ਨਰੋਲ ਟੂਰਨਾਮੈਂਟ ਹੀ ਹੋਣੇ ਚਾਹੀਦੇ ਨੇ। ਸੋ ਸਾਡੀ ਜਵਾਨੀ ਨੂੰ ਜਾਂ ਸਾਡੇ ਪਲੇਅਰਾਂ ਨੂੰ ਤੁਸੀਂ ਜਾਂਦੇ ਜਾਂਦੇ ਕੀ ਮੈਸੇਜ ਦੇਣਾ ਚਾਹੁੰਦੇ ਹੋ? ਯਾਰ ਫੁੱਟਬਾਲ ਇੱਕ ਬਹੁਤ ਵਧੀਆ, ਜਾਣੀ ਇਹਨੂੰ ਮੰਨਦੇ ਆ, ਜਿਹੜਾ ਬੰਦਾ ਫੁੱਟਬਾਲ ਦੇ ਵਿੱਚ ਜੇ ਇਹਨੂੰ ਆਪਣਾ
ਤਨੋ ਮਨੋ ਉਹਦਾ ਸਾਡਾ ਜਿੰਗਰੀ ਕੋ ਸਾਹਿਬ ਕਹਿੰਦੇ ਹੁੰਦੇ ਸੀ ਡੀ ਪੀ ਸਾਹਿਬ ਦੀ ਇੱਕ ਮੈਨੂੰ ਬਹੁਤ ਗੱਲ ਚੇਤੇ ਆਉਂਦੀ ਆ ਵੀ ਇਹ ਮੌਕਾ ਵਾਰ ਵਾਰ ਨਹੀਂ ਜ਼ਿੰਦਗੀ 'ਚ ਮਿਲਣਾ, ਮੌਕਾ ਨਹੀਂ ਮਿਲਣਾ, ਕੰਮ ਬਹੁਤ ਹੋਈ ਜਾਣੇ ਨੇ ਪਰ ਜਿਹੜਾ ਮੌਕੇ ਨੂੰ ਸਾਂਭ ਜਾਵੇ ਜੱਸੇ ਹੈ ਨਾ ਉਹਦੇ ਵਰਗਾ ਨਹੀਂ ਹੈਗਾ, ਰੀਸ ਨਹੀਂ ਹੈਗੀ। ਜੇ ਹੁਣ ਆਪਾਂ ਨੂੰ ਮੈਨੂੰ ਮੌਕਾ ਮਿਲਿਆ ਅਤੇ ਉਹਨੂੰ ਜਿੱਥੇ ਮੈਂ ਜੋਬ ਲੈ ਲੈਂਦਾ ਹੈ ਨਾ ਕਿਤੇ ਮਹਿਕਮੇ 'ਚ ਹੋ ਜਾਂਦਾ ਉਹਦੇ ਵਰਗੀ ਰੀਸ, ਇਹ ਮੌਕਾ ਹੁੰਦਾ ਪਰਮਾਤਮਾ ਇੱਕ ਵਾਰ ਹਰੇਕ ਨੂੰ ਮਿਲਦਾ, ਇਹ ਨਹੀਂ ਹੈਗਾ ਨਹੀਂ ਮਿਲਦਾ। ਪਰਮਾਤਮਾ ਉਹਨੂੰ ਸਾਂਭਣਾ ਉਹ ਬੰਦੇ ਦੇ ਹੱਥ 'ਚ ਆ, ਹਾਂ ਆਪਣੇ ਹੱਥ 'ਚ ਹੁੰਦਾ ਮੌਕਾ। ਕੋਈ ਵੀ ਪਲੇਅਰ ਹੁਣ ਮੈਂ ਨਵੇਂ ਮੁੰਡਿਆਂ ਨੂੰ ਮੈਸੇਜ ਦਿੰਦਾ ਯਾਰ ਫੁੱਟਬਾਲ ਆ, ਹੁਣ ਸਿੰਸੀਅਰ ਹੋ ਕੇ ਇੱਕ ਮੋਬਾਈਲ ਆ ਕੁਦਰੇ ਨਹੀਂ ਯਾਰ ਉਹਨੂੰ, ਹਾਂ ਮਾਂ ਬਾਪ ਦੀ ਇੱਜ਼ਤ ਕਰ ਲਈ, ਉਹਨੇ ਤਾਂ ਰੱਬ ਦੀ ਇੱਜ਼ਤ ਕਰ ਲਈ, ਤਾਂ ਸਾਰਾ ਰੱਬ ਪਾਲਿਆ। ਪਿੰਦੇ ਦਾ ਬੇਟਾ ਜੈ ਸਿੰਘ ਰਾਓ ਅੱਜ ਅਮਰੀਕਾ ਦੇ ਵਿੱਚ ਆ ਅਤੇ ਤੁਹਾਡਾ ਆਪਣਾ ਬੇਟਾ ਨਿਹਾਲ ਸਿੰਘ ਰਾਓ, ਤੁਹਾਡਾ ਕੀ ਸੁਪਨਾ ਵੀ ਉਹਨਾਂ ਨੂੰ ਤੁਸੀਂ ਗਰਾਊਂਡਾਂ ਨਾਲ ਇੱਧਰ ਹੀ ਜੋੜਨਾ ਜਾਂ ਫਿਰ ਅਮਰੀਕਾ ਦੇ ਵਿੱਚ ਉਹਨਾਂ ਨੂੰ ਚੰਗੇ ਲੈਵਲ 'ਤੇ ਖੜਾ ਕੇ ਇੱਕ ਚੰਗੀ ਕਲੱਬਾਂ ਲਈ ਜਿਹੜਾ ਦਿਖਾਉਣਾ ਚਾਹੁੰਦੇ ਹੋ? ਹਾਂ ਯਾਰ ਮੇਰਾ ਭਤੀਜਾ ਬਹੁਤ ਮਿਸ ਕਰਦਾ ਮੈਂ ਉਹਨੂੰ ਯਾਰ, ਜੈ ਅਤੇ ਉਹ ਬਹੁਤ ਵਧੀਆ ਫੁੱਟਬਾਲ ਖੇਡਦਾ ਜੈ, ਬਹੁਤ ਵਧੀਆ, ਬਹੁਤ ਨਾਈਸ। ਅਸੀਂ ਵੀ ਦੇਖਿਆ ਸੀ ਹੁਣ ਟੂਰਨਾਮੈਂਟ ਹੋਇਆ ਸੀ ਨਾ ਤੁਸੀਂ ਕਰਵਾਇਆ ਸੀ ਨਾ 12 ਸਾਲੀ, ਬਹੁਤ ਸੋਹਣਾ ਖੇਡਦਾ ਸੀ ਜੈ, ਬਹੁਤ ਵਧੀਆ ਜੈ। ਤਾਂ ਜਾਣੀ ਕਿ ਤੁਸੀਂ ਇਹ ਦੇਖੋ ਵੀ ਮੇਰਾ ਬ੍ਰਦਰ ਦਾ ਇੱਕ ਇਹੀ ਸੁਪਨਾ ਹੁਣ ਵੀ ਉਹਨੂੰ ਅਸੀਂ ਚੰਗੇ ਕਲੱਬ 'ਚ ਵੀ ਆਉਣ ਵਾਲੇ ਉਹਦੇ ਫਿਊਚਰ ਦੇ ਵਿੱਚ ਉਹ ਅਸੀਂ ਵਰਲਡ ਕੱਪ ਦਾ ਸਾਡਾ ਨਿਸ਼ਾਨਾ ਹੈ ਜਿਹੜਾ ਅਸੀਂ ਵੀ ਉਹਨੂੰ ਖਿਲਾਉਣਾ। ਬਹੁਤ ਵਧੀਆ ਪਲੇਅਰ ਆ, ਮੇਰਾ ਬੇਟਾ ਵੀ ਆ, ਅਸੀਂ ਮੇਰੀ ਉਰੇ ਤਾਂ ਨਹੀਂ ਉਹ ਤੋਂ ਅਸੀਂ ਉੱਧਰ ਬਾਹਰੇ ਲਿਜਾ ਕੇ ਵੀ ਉਹਨੂੰ ਵੀ ਫੁੱਟਬਾਲ 'ਚ ਪਾਉਣਾ ਕਲੱਬ 'ਚ, ਪਹਿਲਾਂ ਕਿਤੇ ਛੋਟੇ ਕਲੱਬ 'ਚ ਪਾ ਕੇ ਨਾ ਅਕੈਡਮੀ 'ਚ ਫਿਰ ਉਹਨੂੰ ਕਲੱਬ 'ਚ ਪਾਵਾਂਗੇ। ਸੁਪਨਾ ਤੁਹਾਡਾ ਹੀ ਆਪਣਾ? ਹਾਂ ਸੁਪਨਾ ਮੇਰਾ ਅਤੇ ਮੇਰੇ ਭਰਾ ਦਾ ਇੱਕ ਇਹੀ ਨਿਸ਼ਾਨਾ ਇੱਕ ਹੁਣ ਸਾਡਾ ਵੀ ਬੱਚਿਆਂ ਨੂੰ ਹੈ ਨਾ ਅਸੀਂ ਫੁੱਟਬਾਲ 'ਚ ਗੇਮ 'ਚ ਕਹੇ ਕਲੱਬ 'ਚ ਪਾਈਏ। ਵਧੀਆ ਡਾਲਰ ਵਾਲਾ ਸੁਪਨਾ ਕੀ, ਡਾਲਰ ਵਾਲੀ ਗੱਲ ਕਿਵੇਂ ਤੁਹਾਡੇ ਦਿਮਾਗ ਦੇ ਵਿੱਚ ਆਈ ਵੀ ਆਪਾਂ ਟੂਰਨਾਮੈਂਟ ਦੇ ਵਿੱਚ ਡਾਲਰ ਰੱਖੀਏ, ਇੱਕ ਵੱਖਰਾ ਕਰੀਏ, ਵੱਖਰਾ ਕਰਕੇ ਲਿਖਾਈਏ ਹਰ ਇੱਕ ਨੂੰ? ਨਹੀਂ ਯਾਰ ਕੋਈ ਵੀ ਚੀਜ਼ ਹੈ ਨਾ ਜੇ ਉਹਨੂੰ ਮਾੜਾ ਜਿਹਾ, ਨੋਟ ਤਾਂ ਹਰ ਪਾਸੇ ਦਿੱਤੇ ਜਾਂਦੇ ਨੇ। ਹੁਣ ਨਹੀਂ ਡਾਲਰ ਵਾਲੀ ਦਾ ਗੱਲ ਆਇਆ ਨਾ, ਅਸੀਂ ਲਿਆਉਂਦੇ ਤਾਂ ਇੱਥੇ ਅਸੀਂ ਇੱਥੇ ਗੱਲ ਕਰੀ ਦੇ ਗਿਆ ਵੀ ਡਾਲਰ ਕਿਉਂ ਨਾ ਆਪਾਂ ਡਾਲਰੇ ਦੇ ਦਈਏ ਇਹਨੂੰ ਤੜਾਉਣ ਦੀ, ਪਲੇਅਰ ਖੁਸ਼ ਹੋ ਜਾਣ ਵੀ ਡਾਲਰਾਂ 'ਚ ਨਾਮ ਦੇ ਦਿਆ ਕਰੋ, ਇਹਨੂੰ ਤੜਾਉਣ ਦੀ ਕੀ ਲੋੜ ਆ, ਨਾਲੇ ਵਜਨ ਥੋੜ੍ਹਾ ਹੋ ਜਾਂਦਾ। ਨਹੀਂ ਬਿਲਕੁਲ ਜੀ, ਬਹੁਤ ਵਧੀਆ ਜਿਹੜੀਆਂ ਗੱਲਾਂ ਬਾਤਾਂ ਕਰੀਆਂ। ਸੋ ਸਾਡੇ ਨਾਲ ਸੀਗੇ ਗੁਰਪ੍ਰੀਤ ਸਿੰਘ ਰਾਓ ਫੁੱਟਬਾਲ ਦੇ ਸਟਾਰ ਘੋਗਾ, ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਕੇ ਬਹੁਤ ਸਾਨੂੰ ਵਧੀਆ ਲੱਗਿਆ, ਆਪਣੇ ਕੀਮਤੀ ਸਮੇਂ ਦੇ ਵਿੱਚ ਉਹ ਸਮਾਂ ਸਾਨੂੰ ਦਿੱਤਾ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਆਪਣੇ ਵੀਰ ਦਾ। ਥੋੜ੍ਹੇ ਦਿਨਾਂ ਤੱਕ ਤੁਹਾਨੂੰ ਅਸੀਂ ਕਿਸੇ ਹੋਰ ਫੁੱਟਬਾਲ ਦੇ ਸੁਪਰ ਸਟਾਰ ਸੀਨੀਅਰ ਖਿਡਾਰੀ ਦੇ ਨਾਲ ਜਿਹੜੀ ਮੁਲਾਕਾਤ ਕਰਵਾਵਾਂਗੇ, ਉਹਨਾਂ ਟਾਈਮ ਦੇ ਲਈ ਦਿਓ ਇਜਾਜ਼ਤ। ਜੱਸੇ ਬਰਮਾਲੀਪੁਰ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।